ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 6 ਅਪ੍ਰੈਲ ਦਾ ਦਿਨ 1709 ਅੰਮ੍ਰਿਤਸਰ ਉੱਤੇ ਪੱਟੀ ਤੋਂ ਆਈਆਂ ਮੁਗਲ ਫੌਜਾਂ ਦਾ ਹਮਲਾ। 1697 'ਚ ਹਰਜੀ ਸੋਢੀ ਦੀ ਮੌਤ ਮਗਰੋਂ ਉਸਦੇ ਪੁੱਤਰ ਗੁਰੂ ਕਾ ਚੱਕ ਛੱਡ ਕੇ ਚਲੇ ਗਏ ਤਾਂ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਨੂੰ ਪੰਜ ਸਿੰਘ ਨਾਲ ਦੇ ਕੇ ਅੰਮ੍ਰਿਤਸਰ ਦਾ ਇੰਚਾਰਜ ਬਣਾ ਕੇ ਭੇਜਿਆ। ਭਾਈ ਮਨੀ ਸਿੰਘ 2 ਮਈ 1698 ਦੇ ਦਿਨ ਅੰਮ੍ਰਿਤਸਰ ਪੁੱਜੇ ਅਤੇ 3 ਮਈ ਨੂੰ ਦਰਬਾਰ ਸਾਹਿਬ 'ਚ ਨੀਲਾ ਨਿਸ਼ਾਨ ਸਾਹਿਬ ਚਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਇਸ ਤੋਂ ਬਾਅਦ ਭਾਈ ਮਨੀ ਸਿੰਘ ਅੰਮ੍ਰਿਤਸਰ ਹੀ ਰਹਿਣ ਲੱਗ ਪਏ। ਹੁਣ ਅੰਮ੍ਰਿਤਸਰ 'ਚ ਸੰਗਤਾਂ ਦੁਬਾਰਾ ਆਉਣ ਲੱਗ ਪਈਆਂ। 5-6 ਦਸੰਬਰ 1705 ਦੀ ਰਾਤ ਨੂੰ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਭਾਈ ਮਨੀ ਸਿੰਘ ਅੰਮ੍ਰਿਤਸਰ 'ਚ ਸਨ। ਆਪ ਜਨਵਰੀ 1706 'ਚ ਗੁਰੂ ਸਾਹਿਬ ਨੂੰ ਤਲਵੰਡੀ ਸਾਬੋ ਜਾ ਕੇ ਮਿਲੇ। ਆਪ ਅਕਤੂਬਰ 1706 'ਚ ਗੁਰੂ ਸਾਹਿਬ ਨਾਲ ਤਲਵੰਡੀ ਸਾਬੋ ਰਹਿ ਕੇ ਫਿਰ ਅੰਮ੍ਰਿਤਸਰ ਚਲੇ ਗਏ। ਜਦੋਂ ਗੁਰੂ ਸਾਹਿਬ ਨੇ ਤਲਵੰਡੀ ਸਾਬੋ ਤੋਂ ਜਾਣ ਦਾ ਪ੍ਰੋਗਰਾਮ ਬਣਾਇਆ ਤਾਂ ਭਾਈ ਮਨੀ ਸਿੰਘ ਫਿਰ ਅੰਮ੍ਰਿਤਸਰ ਤੋਂ ਚੱਲ ਕੇ ਤਲਵੰਡੀ ਸਾਬੋ ਪੁੱਜੇ। 30 ਅਕਤੂਬਰ 1706 ਨੂੰ ਗੁਰੂ ਸਾਹਿਬ ਤਲਵੰਡੀ ਸਾਬੋ ਤੋਂ ਚੱਲ ਪਏ। ਆਪ ਨਾਲ ਭਾਈ ਮਨੀ ਸਿੰਘ ਅਤੇ 4 ਹੋਰ ਸਿੰਘ ਘੋੜਿਆਂ 'ਤੇ ਸਵਾਰ ਹੋ ਕੇ ਚੱਲੇ। ਮਾਰਚ 1707 ਵਿੱਚ ਗੁਰੂ ਸਾਹਿਬ ਬਗੌਰ ਪੁੱਜੇ। ਇੱਥੋਂ ਆਪ ਨੇ 19 ਮਾਰਚ 1707 ਦੇ ਦਿਨ ਭਾਈ ਮਨੀ ਸਿੰਘ ਅਤੇ 4 ਹੋਰ ਸਿੱਖਾਂ ਨੂੰ ਅੰਮ੍ਰਿਤਸਰ ਵਾਪਸ ਜਾਣ ਵਾਸਤੇ ਵਿਦਾ ਕਰ ਦਿੱਤਾ। ਭਾਈ ਮਨੀ ਸਿੰਘ ਨੇ ਅੰਮ੍ਰਿਤਸਰ ਆ ਕੇ ਫਿਰ ਦੀਵਾਨ ਸਜਾਉਣੇ ਸ਼ੁਰੂ ਕਰ ਦਿੱਤੇ। ਉੱਧਰ ਭਾਵੇਂ ਮੀਣੇ 1697 'ਚ ਅੰਮ੍ਰਿਤਸਰ ਤੋਂ ਜਾ ਚੁੱਕੇ ਸਨ ਪਰ ਉਹਨਾਂ ਦਾ ਇੱਕ ਮੁਖਤਿਆਰ ਚੂੜਮੱਲ ਅਜੇ ਵੀ ਉੱਥੇ ਸੀ। ਚੂੜਮੱਲ ਦੇ 2 ਪੁੱਤਰ ਸਨ, ਮੋਕਮ ਸਿੰਘ ਜੋ ਸਿੰਘ ਸੱਜ ਗਿਆ ਸੀ ਅਤੇ ਰਾਮੂ ਮੱਲ। ਵਿਸਾਖੀ 29 ਮਾਰਚ 1709 ਦੇ ਦਿਨ ਇਸ ਚੂੜਮੱਲ ਨੇ ਗੁਰਦੁਆਰੇ ਦੀ ਜ਼ਮੀਨ 'ਚੋਂ ਕੁਝ ਤੂਤਾਂ ਦੇ ਦਰਖਤ ਕਟਵਾ ਲਏ। ਸਿੰਘਾਂ ਨੇ ਉਸ ਨੂੰ ਇਸ ਦਾ ਮੁੱਲ ਧਾਰਨ ਵਾਸਤੇ ਆਖਿਆ ਪਰ ਉਹ ਆਕੜ ਗਿਆ ਅਤੇ ਧਮਕੀਆਂ ਦੇਣ ਲੱਗਾ। ਇਸ 'ਤੇ ਸਿੰਘਾਂ ਨੇ ਉਸਦੀ ਸੇਵਾ ਕਰ ਦਿੱਤੀ। ਉਹ ਸੜਿਆ ਬਲਿਆ ਲਾਹੌਰ ਦਰਬਾਰ ਜਾ ਪੁੱਜਾ। ਪਹਿਲਾਂ ਤਾਂ ਲਾਹੌਰ ਦਰਬਾਰ ਨੇ ਉਸਦੀ ਪ੍ਰਵਾਹ ਨਾ ਕੀਤੀ ਪਰ ਅਖੀਰ ਉਸ ਵੱਲੋਂ ਵਾਰ ਵਾਰ ਅਰਜ਼ੋਈ ਕਰਨ 'ਤੇ ਲਾਹੌਰ ਦੇ ਨਾਇਬ ਸੂਬੇਦਾਰ ਨੇ ਪੱਟੀ ਦੇ ਚੌਧਰੀ ਹਰ ਸਹਾਇ ਨੂੰ ਗੁਰੂ ਕਾ ਚੱਕ 'ਤੇ ਹਮਲਾ ਕਰਨ ਵਾਸਤੇ ਆਖ ਦਿੱਤਾ। ਹਰ ਸਹਾਇ ਨੇ 6 ਅਪ੍ਰੈਲ ਨੂੰ ਅੰਮ੍ਰਿਤਸਰ ਉੱਤੇ ਹਮਲਾ ਕਰ ਦਿੱਤਾ। ਭਾਈ ਮਨੀ ਸਿੰਘ ਅਤੇ ਭਾਈ ਤਾਰਾ ਸਿੰਘ ਡੱਲ ਵਾਂ ਦੀ ਅਗਵਾਈ ਹੇਠ ਸਿੰਘਾਂ ਨੇ ਪੱਟੀ ਦੀ ਫੌਜ ਦੇ ਖੂਹ ਬਾਊ ਲਾਏ। ਚੌਧਰੀ ਹਰ ਸਹਾਇ ਭਾਈ ਤਾਰਾ ਸਿੰਘ ਡੱਲ ਵਾਂ ਹੱਥੋਂ ਮਾਰਿਆ ਗਿਆ। 1849 ਰਾਣੀ ਜਿੰਦਾ ਚੁਨਾਰ ਦੇ ਕਿਲੇ 'ਚ ਨਿਕਲ ਗਈ। ਰਾਣੀ ਜਿੰਦਾ ਨੂੰ 16 ਮਈ 1848 ਦੇ ਦਿਨ ਇੱਕ ਕੈਦੀ ਵਜੋਂ ਪੰਜਾਬ ਤੋਂ ਬਨਾਰਸ ਲਿਜਾਇਆ ਗਿਆ ਸੀ। ਬਨਾਰਸ ਕਿਲੇ 'ਚੋਂ ਉਸ ਦਾ ਰਾਬਤਾ ਭਾਈ ਮਹਾਰਾਜ ਸਿੰਘ ਅਤੇ ਚਤਰ ਸਿੰਘ ਅਟਾਰੀਵਾਲਾ ਨਾਲ ਬਣਿਆ। ਜਦ ਇਸ ਦਾ ਪਤਾ ਅੰਗਰੇਜ਼ਾਂ ਨੂੰ ਲੱਗਾ ਤਾਂ ਉਹਨਾਂ ਨੇ ਸੁਰੱਖਿਆ ਵਧਾਉਣ ਦੀ ਬਜਾਏ ਰਾਣੀ ਨੂੰ ਸਭ ਤੋਂ ਵੱਧ ਮਹਿਫੂਜ਼ ਕਿਲੇ ਚਿਨਾਰ 'ਚ ਭੇਜਣ ਦਾ ਫੈਸਲਾ ਕੀਤਾ। ਇਹ ਗੱਲ ਮਾਰਚ 1849 ਦੇ ਅਖੀਰਲੇ ਦਿਨਾਂ ਦੀ ਹੈ। ਜਦ ਰਾਣੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਰੋਣ ਲੱਗ ਪਈ। ਇਸ ਦਾ ਡਟਵਾਂ ਵਿਰੋਧ ਕੀਤਾ। ਜਦ ਉਸ ਨੂੰ ਜ਼ਬਰਦਸਤੀ ਲਿਜਾਣ ਦੀ ਧਮਕੀ ਦਿੱਤੀ ਗਈ ਤਾਂ ਮਜਬੂਰਨ ਉਸ ਨੂੰ ਜਾਣਾ ਪਿਆ। ਉਸ ਨੂੰ ਚਿਨਾਰ ਪਹੁੰਚਾਉਣ ਵਾਸਤੇ ਇੱਕ ਵੱਡੀ ਫੌਜ ਵੀ ਨਾਲ ਭੇਜੀ ਗਈ। ਇਸ ਫੌਜ ਦੀ ਅਗਵਾਈ ਮੇਜਰ ਮੈਕਗ੍ਰੈਗਰ ਕਰ ਰਿਹਾ ਸੀ। 4 ਅਪ੍ਰੈਲ ਦੇ ਦਿਨ ਚਿਨਾਰ ਪਹੁੰਚ ਕੇ ਮੇਜਰ ਨੇ ਰਾਣੀ ਨੂੰ ਚਿਨਾਰ ਦੇ ਇੰਚਾਰਜ ਕੈਪਟਨ ਰੀਅਸ ਦੇ ਹਵਾਲੇ ਕੀਤਾ ਕਿ ਉਹ ਰਾਣੀ ਦੀ ਆਵਾਜ਼ ਪਛਾਣ ਲਵੇ ਅਤੇ ਹਰ ਰੋਜ਼ ਅੰਦਰ ਜਾ ਕੇ ਉਸਦੀ ਕੋਠੜੀ 'ਚ ਉਸ ਨੂੰ ਵੇਖ ਕੇ ਆਵੇ, ਕਿਉਂਕਿ ਰਾਣੀ ਨੇ ਪਰਦੇ 'ਚ ਹੋਣਾ ਸੀ। ਇਸ ਲਈ ਉਸ ਨੂੰ ਉਸਦੀ ਆਵਾਜ਼ ਤੋਂ ਹੀ ਪਛਾਣਿਆ ਜਾਣਾ ਸੀ। 5 ਤੋਂ 15 ਅਪ੍ਰੈਲ 1849 ਤੱਕ ਕੈਪਟਨ ਰੀਅਸ ਹਰ ਰੋਜ਼ ਰਾਣੀ ਦੇ ਕਮਰੇ 'ਚ ਜਾ ਕੇ ਉਸਦੀ ਆਵਾਜ਼ ਦੀ ਸ਼ਨਾਖਤ ਕਰਕੇ ਉਸਦੀ ਹਾਜ਼ਰੀ ਲਾਉਂਦਾ ਰਿਹਾ। 15 ਅਪ੍ਰੈਲ ਨੂੰ ਕੈਪਟਨ ਨੇ ਮਹਿਸੂਸ ਕੀਤਾ ਕਿ ਉਸਦੀ ਆਵਾਜ਼ 'ਚ ਫਰਕ ਹੈ। ਜਦ ਕੈਪਟਨ ਨੇ ਰਾਣੀ ਉਸਦੇ ਕੱਪੜੇ ਪਾ ਕੇ ਬੈਠੀ ਸੇਵਾਦਾਰਨੀ ਤੋਂ ਆਵਾਜ਼ ਵਿੱਚ ਫਰਕ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਨੂੰ ਜ਼ੁਕਾਮ ਹੈ। ਕੈਪਟਨ ਨੇ ਇਸ ਨੂੰ ਸੱਚ ਸਮਝ ਲਿਆ ਅਤੇ ਮੁੜ ਗਿਆ। ਦਰਅਸਲ ਰਾਣੀ ਜਿੰਦਾ ਤਾਂ 6 ਅਪ੍ਰੈਲ ਨੂੰ ਹੀ ਕਿਲੇ 'ਚੋਂ ਨਿਕਲ ਚੁੱਕੀ ਸੀ। ਅਖੀਰ 19 ਅਪ੍ਰੈਲ ਨੂੰ ਰਾਣੀ ਦੇ ਨਿਕਲ ਚੁੱਕੇ ਹੋਣ ਦਾ ਰਾਜ਼ ਖੁੱਲ੍ਹਿਆ। 1986 ਹਿੰਦੂ ਦਹਿਸ਼ਤਗਰਦਾਂ ਦਾ ਗੜ੍ਹਸ਼ੰਕਰ ਥਾਣੇ 'ਤੇ ਹਮਲਾ। 6 ਅਪ੍ਰੈਲ 1986 ਦੇ ਦਿਨ ਦਹਿਸ਼ਤਗਰਦਾਂ ਨੇ ਗੜ੍ਹਸ਼ੰਕਰ ਥਾਣੇ 'ਤੇ ਹਮਲਾ ਕੀਤਾ। ਉਹਨਾਂ ਨੇ ਥਾਣੇ ਉੱਤੇ ਬੰਬ ਵੀ ਸੁੱਟੇ ਜਿਸ ਨਾਲ ਸਿਪਾਹੀ ਸੰਤੋਖ ਸਿੰਘ, ਹੈੱਡ ਕਾਂਸਟੇਬਲ ਗੁਰਮੇਲ ਸਿੰਘ ਅਤੇ DSP ਗੁਰਦਿਆਲ ਸਿੰਘ ਜ਼ਖਮੀ ਹੋ ਗਏ। ਪੁਲਿਸ ਨੇ ਦਹਿਸ਼ਤਗਰਦਾਂ ਉੱਤੇ ਕੋਈ ਲਾਠੀਚਾਰਜ, ਅਥਰੂ ਗੈਸ ਜਾਂ ਫਾਇਰਿੰਗ ਨਹੀਂ ਕੀਤੀ ਅਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕੀਤਾ। 6 ਅਪ੍ਰੈਲ 1986 ਦੇ ਦਿਨ ਬਟਾਲੇ ਦੇ ਪਿੰਡਾਂ 'ਚੋਂ ਸਕਰੀਨਿੰਗ ਦੇ ਨਾਂ 'ਤੇ 26 ਬੇਗੁਨਾਹ ਸਿੱਖ ਗ੍ਰਿਫਤਾਰ ਕੀਤੇ ਗਏ। 6 ਅਪ੍ਰੈਲ 1990 ਦੇ ਦਿਨ ਪੰਜਾਬ ਪੁਲਿਸ ਨੇ ਚਰਨਜੀਤ ਸਿੰਘ, ਪੁੱਤਰ ਅਵਤਾਰ ਸਿੰਘ ਵਾਸੀ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਅਤੇ ਭਾਈ ਕੁਲਵੰਤ ਸਿੰਘ ਫੌਜੀ ਵਾਸੀ ਕੋਟ ਸੰਤੋਖ ਰਾਏ ਗੁਰਦਾਸਪੁਰ ਨੂੰ ਨਕਲੀ ਮੁਕਾਬਲਿਆਂ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 6 ਅਪ੍ਰੈਲ ਦਾ ਦਿਨ।